ਪੇਟੀ ਜਿਹੜੀ ਇਹਦੇ ਵਿੱਚ ਕੁਰਾਨ ਪਾਕ ਸ਼ਹੀਦ ਰੱਖੇ ਜਾਂਦੇ ਆ, ਜਿਹੜੇ ਨੇ ਰੈਕ ਇੱਕ ਲੱਗਿਆ ਇਹਦੇ ਵਿੱਚ, ਸਾਈਡ ਤੇ ਇੱਕ ਸਾਈਡ ਤੇ ਕੱਪੜੇ ਆਏ ਨੇ ਜਿਨ੍ਹਾਂ 'ਚ ਲੋਕੀ ਦੇ ਜਾਂਦੇ ਨੇ, ਅਸਾਂ ਇਹਨਾਂ ਕੱਪੜਿਆਂ ਨੂੰ ਲੋਕੀ ਲੈ ਜਾਂਦੇ ਨੇ, ਇੱਥੋਂ ਲਾਹੌਰੋਂ ਲੈ ਜਾਂਦੇ ਉੱਥੇ ਦੇ ਨੇ, ਬੜੇ ਬੜੇ ਲੋਕ ਗਰੀਬ ਨੇ ਜਿਨ੍ਹਾਂ ਦੇ ਤਨ ਤੇ ਕੱਪੜਾ ਨਹੀਂ ਹੈਗਾ, ਇਹ ਫਿਰ ਲੋਕ ਗੁਜ਼ਾਰਾ ਕਰ ਲੈਂਦੇ ਨੇ ਪਾ ਕੇ, ਪਿੰਡਾਂ ਥਾਵਾਂ ਦੇ ਲੋਕ ਹੈਗੇ ਨੇ ਲੈ ਜਾਂਦੇ ਨੇ। ਔਰ ਇਹ ਜਿਹੜੇ ਨਜ਼ਰ ਆ ਰਹੇ ਨੇ ਡੱਬੇ, ਇਹਨਾਂ ਵਿੱਚ 30 ਸਪਾਰੇ ਨੇ, ਹਰ ਸਪਾਰੇ ਪਹਿਲੇ ਤੋਂ ਲੈ ਕੇ 30 ਸਪਾਰੇ ਤੀਕਰ ਹੁੰਦਾ, ਨਵੇਂ ਸਪਾਰੇ ਹੁੰਦੇ ਨੇ, ਨੂਰਾਨੀ ਕਹਿਦੇ ਹੁੰਦੇ ਨੇ, ਨੂਰਾਨੀ ਕਹਿਦੇ ਯਸਲੂ ਕੁਰਾਨ ਨੂਰਾਨੀ ਫਰੀ, ਮਤਲਬ ਕਿ ਦੇਈਦੇ ਨੇ, ਪੈਸਾ ਹਦੀਆ ਨਹੀਂ ਲਈਦਾ, ਕਿਉਂਕਿ ਲੋਕ ਇੰਨੇ ਦੇਈ ਜਾਂਦੇ ਨੇ ਕਿ ਉਹਨਾਂ ਨੂੰ ਮੰਨਦੇ ਆ, ਸਾਡੇ ਕੋਲ ਇੰਨੇ ਕੁ ਮਤਲਬ ਪੈ ਹੁੰਦੇ ਨੇ, ਲੋਕ ਦੇਈ ਜਾਂਦੇ ਨੇ ਕਿ ਮਾਸ਼ਾਅੱਲਾ ਉਹ ਮੁੱਕਦੇ ਹੀ ਨਹੀਂ, ਵੰਡ ਵੰਡ ਕੇ ਥੱਕੀਦਾ ਫਿਰ ਵੀ ਇਨਸ਼ਾਅੱਲਾ ਵੰਡਦੇ ਹੀ ਰਹੀਦਾ, ਅਤੇ ਕੋਈ ਪੈਸਾ ਵਸੂਲ ਨਹੀਂ ਕਰੀਦਾ ਕਿਸੇ ਕੋਲੋਂ, ਇਨਸ਼ਾਅੱਲਾ ਜਿੰਨੇ ਜੋਗੇ ਹੈ ਕਰਦੇ ਪਏ। ਇਹ ਪੇਟੀ ਨਜ਼ਰ ਆ ਰਹੀ ਹੈ, ਪੇਟੀ ਦੇ ਵਿੱਚੋਂ ਅਸੀਂ ਤੋੜੇ ਭਰਨੇ ਹੁੰਦੇ ਹਾਂ, ਤੋੜੇ ਭਰ ਕੇ ਇਹਨਾਂ ਨੂੰ ਪੈਕ ਕਰਦੇ ਨੇ, ਪੈਕ ਕਰਕੇ ਜਦੋਂ ਗੱਡੀ ਦਾ ਮਾਲ ਹੋ ਜਾਂਦਾ ਉਹਨੂੰ ਅਸੀਂ ਮੰਜ਼ਿਲ ਮਕਸੂਦ ਤੇ ਪਹੁੰਚਾ ਦਿੰਦੇ ਹਾਂ। ਇਹ ਪੇਟੀ ਰੱਖੀ ਹੋਈ ਹੈ ਇਸੇ ਵਾਸਤੇ, ਲੋਕ ਇਕੱਠੇ ਕਰਦੇ ਨੇ, ਬੜੇ ਅੱਲਾਹ ਦੇ ਬੰਦੇ ਨੇ ਜਿਹੜੇ ਇਕੱਠੇ ਕਰਦੇ ਨੇ, ਇਕੱਠੇ ਕਰਕੇ ਅਗਰ ਤੁਸੀਂ ਵੀ ਕੋਈ ਆਵਾਜ਼ ਸਾਡੀ ਸੁਣਦੇ ਹੋ, ਤੁਸੀਂ ਵੇਖਦੇ ਹੋ ਕੁਰਾਨੇ ਪਾਕ ਦਾ ਕਿਤੇ ਟੀਨ 'ਚ ਕਿਤੇ ਜਗ੍ਹਾ 'ਤੇ ਪਿਆ ਹੁੰਦਾ, ਸਾਡੀ ਜਿੱਥੇ ਜਗ੍ਹਾ ਹੈਗੀ ਹੈ, ਇੱਥੇ ਪੰਜਾਬ ਸਾਡੀ ਜਗ੍ਹਾ ਹੈਗੀ, ਜਿੱਥੇ ਵੀ ਜਗ੍ਹਾ ਮਿਲੇ ਤੁਹਾਨੂੰ ਇਹ ਰੱਖਣ ਦੀ, ਉੱਥੇ ਕੁਰਾਨੇ ਪਾਕ ਸ਼ਹੀਦ ਨੂੰ ਅੱਛੇ ਤਰੀਕੇ ਨਾਲ ਰੱਖੋ, ਤੁਸੀਂ ਕੁਰਾਨ ਦੀ ਹਿਫਾਜ਼ਤ ਕਰੋਗੇ ਅੱਲਾਹ ਤੁਹਾਡੀ ਹਿਫਾਜ਼ਤ ਕਰੇਗਾ, ਤੁਸੀਂ ਕੁਰਾਨ ਦੀ ਹਿਫਾਜ਼ਤ ਕਰੋਗੇ ਅੱਲਾਹ ਤੁਹਾਡੀ ਹਿਫਾਜ਼ਤ ਕਰੇਗਾ, ਅੱਲਾਹ ਤੁਹਾਡੇ ਬੱਚਿਆਂ ਦੀ ਹਿਫਾਜ਼ਤ ਕਰੇਗਾ। ਜਿਹੜੇ ਲੋਕ ਕੁਰਾਨ ਦੀ ਹਿਫਾਜ਼ਤ ਕਰਦੇ, ਅੱਲਾਹ ਉਹਨਾਂ ਦੀ ਖੁਦ ਹਿਫਾਜ਼ਤ ਕਰਦਾ।